ਤੇ ਸਾਹਮਣੇ ਆਉਂਦਾ ਪਿਆ ਨੰਬਰ ਦਾ ਤੇ ਨੰਬਰ ਦਾ ਨਾ ਕਰਦੇ ਗੱਲ ਇਹਨੂੰ ਪੁੱਛਦੇ ਆ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਨਾ ਇਹਨਾਂ ਦੇ ਕਰਨੇ ਡੂਪ ਟੈਸਟ ਉਹ ਨੰਬਰਦਾਰਾ ਰੁਕੀ 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 ਉਹ ਤੈਨੂੰ ਵੇਖ ਕੇ ਚੇਤਾ ਆ ਗਿਆ ਉਹ ਮੇਰੀ ਗੱਲ ਸੁਣ ਆ ਮੋਟਰਸਾਈਕਲ ਬੰਦ ਕਰ ਪਹਿਲਾਂ ਲਓ ਜੀ ਯਾਰ ਮੈਂ ਸੁਣਿਆ ਵੀ ਨਸ਼ਾ ਨੂੰ ਸ਼ਾ ਬੜਾ ਕਰਦੇ ਤੁਸੀਂ ਸਾਰੀ ਦੁਨੀਆ ਕਰੀ ਜਾਂਦੀ ਤੇ ਸਾਡੇ ਆਰੀ ਕੀ ਹੈ ਤੋ ਕਿਵੇਂ ਤਨਖਾਹ ਤੇ ਫੂ ਚੰਗੀ ਦਿੰਦੇ ਨੰਬਰਦਾਰੀ ਦੇ ਜਿਹੜਾ ਤੁਸੀਂ ਨਸ਼ਾ ਕਰਦੇ ਬਹੁਤ ਪੈਸਾ ਮਿਲਦਾ ਸਾਨੂੰ ਤਨਖਾਹ ਤਾਂ ਹੀ ਤੇ ਚਿੱਟਾ ਲਾਉਣੇ ਆ ਚਿੱਟਾ ਲਾਉਣੇ ਆ ਹਾਂ ਯਾਰ ਉਹ ਮੈਂ ਵੇਖੀ ਖਬਰ ਆ ਇਹ ਤੁਹਾਡੀ ਖਬਰ ਆਈ ਆ ਨੰਬਰਦਾਰਾਂ ਦੇ ਡੂਪ ਟੈਸਟ ਕਰਨੇ ਆ ਪੰਜਾਬ ਦੇ ਸਾਰੇ ਜ਼ਰੂਰੀ ਹੈ ਸਾਡੀ ਤਨਖਾਹ ਹੀ ਬਹੁਤ ਆ ਨਾ ਤਨਖਾਹ ਫਿਰ ਕਿੰਨੀ ਕ ਆ ਜਾਂਦੀ ਵੀ ਜਿਹੜਾ ਤੁਸੀਂ ਨਸ਼ੇ 'ਚ ਵੜ ਗਏ ਜੀ ਇਹਨੇ ਕਿਉਂ ਕਹਿ ਲੋ ਜਿਆਦਾ ਪੈਸਾ ਸਰਕਾਰ ਸਾਨੂੰ ਦੇਈ ਜਾਂਦੀ ਐ ਤੇ ਸਾਡੇ ਤੋਂ ਸਾਬਦਾ ਨਹੀਂ ਅਸੀਂ ਨਸ਼ਾ ਹੀ ਕਰਾਂਗੇ 1500 ਰੁਪਇਆ ਮਹੀਨਾ ਤੁਹਾਡਾ ਪੜਾ ਜੇ ਸੀ ਸਕਦਾ ਤਿੰਨ ਮਹੀਨਿਆਂ ਤੋਂ ਆਵੇ ਜਾਂ ਦੋ ਮਹੀਨਿਆਂ ਤੋਂ ਆਵੇ ਅੱਛਾ ਅੱਛਾ ਤਾਂ ਤਾਂ ਫਿਰ ਤੁਸੀਂ ਉਹ ਗਮ ਗਮ ਚ ਨਸ਼ਾ ਕਰਦੇ ਜੇ ਗਮ ਕਹਿ ਲੋ ਤੇ ਭਾਵੇਂ ਜਿਆਦਾ ਪੈਸਾ ਕਹਿ ਮੈਨੂੰ ਤਾਂ ਗਮ ਚ ਹੀ ਲੱਗਦਾ ਜਿਵੇਂ ਮਰਜ਼ੀ ਸਮਝ ਲੈ ਵਸ ਨਹੀਂ ਇਹ ਕੀ ਟੌਂਟ ਮਾਰਿਆ ਤੁਹਾਨੂੰ ਵੀ ਯਾਰ ਨੰਬਰਦਾਰਾਂ ਦਾ ਆਪਾਂ ਯਾਰ ਡੋਪ ਟੈਸਟ ਕਰਾਉਣਾ ਕੀ ਚੱਕਰ ਬਣਿਆ ਦਾ ਮਾੜੇ ਤੇ ਚੱਲ ਜਾਂਦੀ ਹੁੰਦੀ ਨੇ ਹਰੇਕ ਦੀ ਨਹੀਂ ਯਾਰ ਤੂੰ ਨਹੀਂ ਉਹ ਪੰਜਾਬ ਤੁਸੀਂ ਵੈਸੇ ਪਿੰਡ ਦਾ ਸੈਂਟਰ ਸਮਝਿਆ ਜਾਂਦਾ ਤੁਹਾਨੂੰ ਨੰਬਰਦਾਰ ਇੱਕ ਪਿੰਡ ਦਾ ਸੈਂਟਰ ਹੁੰਦਾ ਹਨਾ ਤੁਹਾਡੇ ਤੇ ਉਹਨਾਂ ਨੇ ਕੌਣ ਤਲਵਾਰ ਚਲਾਈ ਕਿ ਤੁਸੀਂ ਯਾਨੀ ਕਿ ਨਸ਼ਾ ਨੂੰ ਸਪਲਾਈ ਕਰਦੇ ਜੇ ਜਾਂ ਤੁਸੀਂ ਕੀ ਕਰਦੇ ਜੇ ਪਿੰਡ ਚ ਲਾਉਂਦੇ ਜੇ ਜਾਂ ਕਿਵੇਂ ਆ ਕਿਦਾਂ ਕੀ ਸਕਦਾ ਕੋਈ ਬਾ ਦਾ ਕੀ ਲਾਉਣਾ ਕਿਸੇ ਨੂੰ ਨੰਬਰਦਾਰ ਕੀ ਲਾ ਦੂਗਾ ਕਿਸੇ ਨੂੰ ਇੱਕ ਗੱਲ ਤੂੰ ਦੱਸ ਮੈਨੂੰ ਵੀ ਕੋਈ ਕਿਸੇ ਦੇ ਧੱਕੇ ਨਾਲ ਮੂੰਹ ਚ ਪਾਉਂਦਾ ਹੁੰਦਾ ਨਾ 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 ਨਹੀਂ ਤਾਂ ਫਿਰ ਹੁਣ ਤੁਸੀਂ ਕੀ ਗਾਂ ਕੀ ਮੈਂ ਹੁਣ ਕਰਾਉਣੇ ਟੈਸਟ ਤੁਸੀਂ ਕਿ ਕਿਵੇਂ ਕਰਨਾ ਆਪਣਾ ਤਾਂ ਭਾਵੇਂ ਹੋਣੇ ਕਰ ਲੈਣ ਹੋਣੇ ਚੱਲ ਵੜਦੇ ਆਪਾਂ ਦੋਨੇ ਮੁਕਸਰ ਅੱਛਾ ਤੂੰ ਕਰਵਾਉਣ ਨੂੰ ਤਿਆਰ ਆ ਆਪਾਂ ਕਿਹੜਾ ਨਸ਼ਾ ਕਰਿਆ ਯਾਰ ਚੱਲ ਜੇ 22 ਦੀ ਵੇ ਹੁਣ ਨਾ ਜ਼ਿਆਦਾਤਰ ਨੰਬਰਦਾਰਾ ਪੋਸਟ ਭੁੱਕੀ ਦਾ ਚਲੋ ਆਮ ਜੀ ਗੱਲ ਆ ਵੀ ਸਾਰੇ ਖਾਂਦੇ ਹੋਣਗੇ ਜੇ ਕਿਸੇ ਦਾ ਟੈਸਟ ਪੋਜ਼ਿਟਿਵ ਆਉਂਦਾ ਤਾਂ ਫਿਰ ਸਰਕਾਰ ਦਾ ਕੀ ਐਕਸ਼ਨ ਆ ਤੁਹਾਡੇ ਨੂੰ ਕੋਈ ਪਤਾ ਹੋਵੇ ਇਸ ਬਾਰੇ ਸਰਕਾਰ ਦਾ ਕੀ ਕਹਿ ਸਕਦੇ ਯਾਰ ਕੀ ਐਕਸ਼ਨ ਲੈਂਦੀ ਆ ਬਟ ਕੱਲ ਇਹ ਆ ਵੀ ਜੇ ਸਰਕਾਰ ਚਾਵੇ ਤਾਂ ਸਭ ਕੁਝ ਜੇ ਲੋਕਡਾਊਨ ਦੇ ਵਿੱਚ ਇਹਨਾਂ ਨੇ ਚਿੜੀ ਨਹੀਂ ਨਾ ਚੁੱਕਣ ਦਿੱਤੀ ਹਾਂ ਤੇ ਹੁਣ ਇਹਨਾਂ ਦਾ ਚਿੱਟਾ ਰੁਕਿਆ ਹੀ ਨਹੀਂ ਚਿੱਟਾ ਰੁਕਿਆ ਹੀ ਨਹੀਂ ਮੌਕੇ ਦੀ ਸਰਕਾਰ ਹੈ ਪਹਿਲਾਂ ਦੂਜਿਆਂ ਨੂੰ ਕਹਿੰਦੀ ਹੁੰਦੀ ਸੀ ਵੀ ਆਹ ਚਿੱਟਾ ਵਕਾਉਂਦੇ ਆਹ ਵਕਾਉਂਦੇ ਹਾਂ ਤੇ ਹੁਣ ਕਿੱਥੇ ਵਾਈ ਜਾਂਦਾ ਹੁਣ ਕਿੱਥੇ ਆਈ ਜਾਂਦਾ ਇਹ ਵੀ ਤੇਰੀ ਗੱਲ ਸਹੀ ਨਹੀਂ ਤਾਂ ਤੁਸੀਂ ਕਿੱਥੋਂ ਆ ਰਿਹਾ ਏ ਦੱਸੋ ਪਹਿਲਾਂ ਕੌਣ ਨਹੀਂ ਕਰ ਰਿਹਾ ਨਸ਼ਾ ਇਹ ਇੱਕ ਗੱਲ ਇਹ ਵੀ ਦੱਸੀ ਜਾਵੇ ਕੌਣ ਨਹੀਂ ਕਰ ਰਿਹਾ ਹਾਂ ਉਹੀ ਗੱਲ ਵੀ ਨਸ਼ਾ ਤੁਹਾਨੂੰ ਹਰੇਕ ਅਪਸਰ ਕਰਦਾ ਹਾਂ ਹਾਂ ਕਿੰਨਾ ਟਾਈਮ ਬੋਲਦੇ ਆ ਜਾ ਕੇ ਹਾਂ ਕੱਲੀ ਰੋਟੀ ਤੇ ਤਾਂ ਮੈਨੂੰ ਲੱਗਦਾ ਕਿਸੇ ਨਾਲ ਫੋਨ ਤੇ ਗੱਲ ਵੀ ਨਹੀਂ ਹੁੰਦੀ ਨਹੀਂ ਹੁੰਦੀ ਬਾਈ ਜੀ ਯਾਰ ਬਕਾ ਹੀ ਬੜਾ ਕਰਦੇ ਬਕਾ ਮੈਨਾਂ ਭੁੱਕੀ ਫੀਮ ਤੋਂ ਬਣਾਉਂਦਾ ਹੀ ਨਹੀਂ ਰਾਤ ਤੱਕ ਇਹ ਗੱਡੀਆਂ ਇਹਨਾਂ ਦੇ ਡਰਾਈਵਰ ਲਈ ਫਿਰਦੇ ਉਹ ਵੀ ਨਹੀਂ ਇਹਨਾਂ ਨਾਲ ਮੁਲਾਜ਼ਮ ਕਿੰਨੇ ਆ ਹਾਂ ਤੇ ਤੂੰ ਇੱਕ ਗੱਲ ਹੋਰ ਦੱਸ ਆਖਿਆ ਗੱਲ ਹੋਰ ਦੱਸ ਹਾਂ ਹਾਂ ਤੂੰ ਮੰਨ ਲਾ ਵੀ ਚਿੱਟਾ ਫੜਿਆਗਾ ਕਿਸੇ ਤੋਂ ਆਪਣੇ ਮੁਖਸਰ ਦੀ ਕੱਲ ਖਬਰ ਸੁਣੀ ਸੀ ਅੱਛਾ ਅੱਛਾ ਕਿਸੇ ਤੋਂ 10 ਗ੍ਰਾਮ ਚਿੱਟਾ ਫੜਿਆਗਾ ਹੂੰ 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 ਠੀਕ ਆ ਕਦੇ ਇਹਨਾਂ ਨੇ ਕੋਈ ਐਸਾ ਕੋਈ ਇਹਨਾਂ ਨੇ ਆਪਦਾ ਮਾਲ ਦੇ ਵਿੱਚ ਜਮ੍ਹਾਂ ਕਰਦੇ ਹੁਣ ਜਿੱਥੇ ਕਿਤੇ ਹੈ ਇਹੋ ਜਿਹੀ ਕੋਈ ਜਗ੍ਹਾ ਜਿੱਥੇ ਇਹਨਾਂ ਨੇ ਉਹ ਰੱਖਿਆ ਹੋਵੇ ਤੇ ਅੱਜ ਵੀ ਦਿਖਦਾ ਹੋਵੇ ਵੀ ਆ ਵੀ ਉਹ ਫਲਾਣੇ ਜਗ੍ਹਾ ਤੋਂ ਫੜਿਆ ਸੀ ਅੱਜ ਵੀ ਪਿਆ ਹਾਂ ਯਾਰ ਇਹ ਵੀ ਸੋਚਣਾ ਤੇ ਮੁਲਾਜ਼ਮ ਹੀ ਵਰਤਦੇ ਆ ਹਾਂ ਬਿਲਕੁਲ ਬਿਲਕੁਲ ਇਹ ਕਹਿੰਦੇ ਨੰਬਰਦਾਰਾਂ ਦਾ ਟੈਸਟ ਕਰਨਾ ਹਾਂ ਸਾਡਾ ਹੈਗਾ ਮਾਲ ਵਿਭਾਗ ਹਾਂ ਮਾਲ ਭਾਗੇਗਾ ਠੀਕ ਆ ਜਿੱਥੋਂ ਮੰਨ ਲਓ ਵੀ ਡੀਸੀ ਦਫ਼ਤਰ ਤੋਂ ਸ਼ੁਰੂ ਹੁੰਦਾ ਨਾ ਹਾਂ ਡੀਸੀ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦਾ ਕਰ ਲੈਣ ਵਿੱਚ ਹੀ ਅਸੀਂ ਆ ਗਏ ਠੀਕ ਆ ਵੀ ਜ਼ਰੂਰੀ ਵੀ ਨੰਬਰਦਾਰਾਂ ਦੀ ਤੋਪ ਚੱਕਣੀਆਂ ਇਹਨਾਂ ਨੇ ਮੰਨ ਲਓ ਵੀ ਨੰਬਰਦਾਰ ਮਾਲ ਵਿਭਾਗ ਦੇ ਆ ਮਾਲ ਵਿਭਾਗ ਹੀ ਚੱਕ ਲੈਣ ਸਾਰੇ ਠੀਕ ਆ ਬਾਕੀ ਛੱਡ ਦੇਣ ਛੱਡ ਦੇਣ ਠੀਕ ਹੈ ਕਰ ਲੈਣ ਡਾਪ ਟੈਸਟ ਕੋਈ ਚੱਲ ਅੱਛਾ ਵੀ ਯਾਂ ਤਾਂ ਯਾਰ ਹੁਣ ਇਹਨਾਂ ਨੇ ਨੰਬਰਦਾਰ ਕੀਤਾ ਮੈਂ ਤਾਂ ਕਹਿੰਦਾ ਵੀ ਪਿੰਡ ਦਾ ਸਰਪੰਚ ਵੀ ਜਿਹੜਾ ਬਣੇ ਨਾ ਬਣ ਤੋਂ ਪਹਿਲਾਂ ਉਹਦਾ ਡਾਪ ਟੈਸਟ ਕੀਤਾ ਜਾਵੇ ਪਿੰਡ ਦਾ ਨੰਬਰਦਾਰ ਵੀ ਬਣੇ ਜਾਂ ਪਿੰਡ ਦਾ ਮੈਂਬਰ ਵੀ ਬਣੇ ਉਹਦਾ ਬਣ ਤੋਂ ਪਹਿਲਾਂ ਡਾਪ ਟੈ ਜਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਬਣੇ ਜੇਕਰ ਬਣ ਤੋਂ ਪਹਿਲਾਂ ਉਹਦਾ ਟੌਪ ਤਨਖਾਹ ਤੇ ਡਰੋਗ ਟੈਸਟ ਕਰਿਆ ਕਰਨਾ ਹਾਂ ਬਿਲਕੁਲ ਜੋ ਮੰਨ ਲਓ ਵੀ ਬਣਨ ਵੇਲੇ ਚਾਰ ਦਿਨ ਛੱਡ ਵੀ ਜਾਊਗਾ ਹਾਂ ਠੀਕ ਹੈ ਜਿਹੜਾ ਤੇ ਇਹ ਕਰਿਆ ਕਰਨ ਟੈਸਟ ਯਾਰ ਮਹੀਨੇ ਮੈਂ ਕਹਿੰਦਾ 6 ਮਹੀਨੇ ਤੋਂ ਆਈ ਤਨਖਾਹ ਤੇ ਕਰਿਆ ਕਰਨਾ ਆਈ ਤਨਖਾਹ ਤੇ ਤਨਖਾਹ ਉਹਨੂੰ ਦਿਆ ਕਰਨਾ ਜੀ ਦਾ ਡਰੋਗ ਟੈਸਟ ਕਲੀਅਰ ਹੋਵੇ ਕੋਈ ਨੰਬਰਦਾਰਾ 네ਗੇਟਿਵ ਆ ਵੀ ਹੈਨਾ ਜੇ ਇਹਨਾਂ ਨੇ ਨਸ਼ਾ ਖਤਮ ਕਰਨਾ ਨਾ ਇਹਨਾਂ ਨੂੰ ਜਿਹੜੀਆਂ ਸਰਕਾਰੀ ਭਰਤੀਆਂ ਨਾ ਉਹ ਨਸ਼ਾ ਮੁਕਤ ਕਰਨੀਆਂ ਪੈਣੀਆਂ ਠੀਕ ਹੈ ਕਿ ਨਹੀਂ दारू ਦਾ ਨਸ਼ਾ ਛੱਡ ਕੇ ਕੋਈ ਨਹੀਂ ਕਰਦਾ ਮੈਨੂੰ ਮੰਨ ਲਓ ਸਰਕਾਰ ਦਾ ਕੋਈ ਐਸਾ ਬੰਦਾ ਵਿਖਾ ਦਿਓ ਜਿਹੜਾ ਨਹੀਂ ਡੇ ਬਾਈ ਜੀ ਭੁੱਕੀ ਫੀਮ ਤਾਂ ਹਰੇ ਕੀ ਖਾਂਦਾ ਉਹ ਉਹ ਕੋਈ ਕੈਮੀਕਲ ਨਸ਼ਾ ਨਹੀਂ ਨਾ ਉਹ ਕੈਮੀਕਲ ਹੈ ਨਹੀਂ ਪਰ ਨਸ਼ਾ ਦਾ ਨਸ਼ਾ ਹੀ ਹੈ ਨਸ਼ਾ ਤਾਂ ਨਸ਼ਾ ਹੀ ਆ ਤਾਂ ਫਿਰ ਮਰਦਾ ਫਰੀ ਦੇ ਜਿਹੜੇ ਇਹ ਖਾਂਦੇ ਆ ਉਹ ਇਹਦੀ ਤੋੜ ਨਾਲ ਮਰ ਜਾਂਦੇ ਤੋੜ ਨਾਲ ਮਰ ਜਾਂਦੇ ਆ ਠੀਕ ਹੈ ਨਾ ਮੈਂ ਅਖਾ ਯਾਰ ਮੈਂ ਨੰਬਰ ਦਾ ਮੈਂ ਤਾਂ ਇੱਥੇ ਆਇਆ ਸੀ ਵਲੌਗ ਬਣਾਉਣ ਛੋਟੀ ਜੀ ਵੀਡੀਓ ਮੋਟਰ ਬੰਦ ਕਰਨ ਆਇਆ ਸੀ ਅਸੀਂ ਜਾਣਾ ਨੰਬਰਦਾਰਾ ਉਧਰ ਫੜ ਪੀਟ ਤਾਂ ਵਾਸਤੇ ਤੂੜੀ ਲੈ ਕੇ ਤੇ ਮੈਂ ਆਖਿਆ ਵੀ ਨੰਬਰ ਦਾ ਤੁਰਿਆ ਹੁੰਦਾ ਤੇ ਮੈਂ ਆਖਿਆ ਯਾਰ ਇਹਨੂੰ ਪੁੱਛੀਦਾ ਸਹੀ ਵੀ ਪਤੰਦਰ ਨੂੰ ਕਹਿੰਦੇ ਵੀ ਡੇਡ ਡੂਡ ਦਿੱਤੀ ਹੋਈ ਆ ਡੋਪ ਟੈਸਟ ਦੀ ਤਿੰਨ ਮਹੀਨਿਆਂ ਚ ਕਰਨਾ ਕੋਈ ਚੱਕਰ ਕਰਨਗੇ ਪੱਕੇ ਹੀ ਠੀਕ ਕਹਿ ਸਕਦੇ ਨਹੀਂ ਆਪਾਂ ਕੋਈ ਆਪਾਂ ਤਾਂ ਹੀ ਕਹਿਣਾ ਚਾਹੁੰਦੇ ਆ ਵੀ ਜੇ ਮੰਨ ਲਓ ਡੋਪ ਟੈਸਟ ਕਰਨਾ ਨਾ ਅਜੇ ਤੱਕ ਵੀ ਜਿੱਥੇ ਕਰਨਗੇ ਇਹ ਹਾਂ ਉੱਥੋਂ ਦੇ ਜਿਹੜੇ ਕਰਨਗੇ ਉਹਨਾਂ ਮਲਾਜਮਾਂ ਦਾ ਪਹਿਲਾਂ ਕਰ ਲੈ ਸਾਡੇ ਬਸ ਆਹੋ ਜਿਹੜੇ ਕਰਨਗੇ ਹਾਂ ਉਹਨਾਂ ਦਾ ਪਹਿਲਾਂ ਕਰ ਪਹਿਲਾਂ ਕਰ ਲੈ ਤਹਿਸੀਲਦਾਰ ਦਾ ਹੋਣਾ ਚਾਹੀਦਾ ਹਨਾ ਲੀਡਰ ਦਾ ਹੋਣਾ ਚਾਹੀਦਾ ਇਹਨਾਂ ਦਾ ਵੀ ਹਾਂ ਕਹਿੰਦੇ ਨੇ ਵੀ ਕੀ ਦਾ ਕਰਨਾ ਤੁਸੀਂ ਪਰ ਇਹਨਾਂ ਵੀ ਜਿਹੜੇ ਵੀ ਇਹ ਨੰਬਰਦਾਰਾਂ ਨੂੰ ਆਰਡਰ ਕਰਨ ਹਾਂ ਪਹਿਲਾਂ ਉਹ ਉਹਨਾਂ ਦਾ ਡਾਕਟਰ ਟੈਸਟ ਜ਼ਰੂਰੀ ਬਿਲਕੁਲ ਬਿਲਕੁਲ ਸਹੀ ਗੱਲ ਜੇ ਮੰਨ ਲਓ ਇਹਨਾਂ ਨੇ ਅਲਟੀਮੇਟ ਦਿੱਤਾ ਵੀ 3 ਮਹੀਨਿਆਂ ਚ ਕਰਨਾ ਹਾਂ 3 ਮਹੀਨਿਆਂ ਚ ਕੁਝ ਵੀ ਹੋ ਸਕਦਾ ਕੋਈ ਉਹੋ ਜੀ ਦਵਾਈ ਖਾਲੇ ਜੀ ਚ ਟਾਕਸਿਕਟ ਆ ਵੀ ਨਾ ਐਸਾ ਕੋਈ ਆਵੇ ਹੀ ਨਾ ਯਾਰ ਛੱਡ ਵੀ ਸਕਦੇ 3 ਮਹੀਨੇ ਨੂੰ ਹੀ ਕਰਨਾ ਕਿਹੜਾ ਨੰਬਰਦਾਰ ਕਿਹੜਾ ਸਰਕਾਰੀ ਡਿਊਟੀ ਤੇ ਵੀ ਬਾਈ ਫਲਾਨੇ ਦੀ ਬੰਬੇ ਡਿਊਟੀ ਲੱਗੀ ਹੈ ਤੇ ਜਾਂ ਕਿਸੇ ਦੀ ਸ਼੍ਰੀਨਗਰ ਲੱਗੀ ਹੈ ਕਿਹੜਾ ਫੌਜੀ ਆ ਤੇ ਬਾਕੀ ਸਾਰੇ ਘਰਾਂ ਜੀ ਬੈਠੇ ਉਹਨਾਂ ਨੂੰ ਕਹਦੇ ਨੇ ਆ ਜਾ ਬਾਈ ਆ ਜਾ ਨਾਲੇ ਐਨ ਦੱਸ ਕੇ ਥੋੜੂ ਡੋਪ ਟੈਸਟ ਕਰੀ ਦਾਂਦਾ ਦੱਸ ਕੇ ਤਾਂ ਹੁਣ ਤਿੰਨ ਮਹੀਨਾ ਦੇ ਨੇ ਸਮਾਂ ਦੇਦਾ ਤਿੰਨਾਂ ਮਹੀਨਾ ਹੀ ਤਾਂ ਬੰਦਾ ਨਸ਼ਾ ਜਿਵੇਂ ਮਰਜ਼ੀ ਛੱਡ ਸਕਦਾ ਹਨਾ ਛੱਡ ਸਕਦਾ ਤੇ ਵੈਸੇ 3 ਮਹੀਨਾ ਚੋਂਦਾ ਹੀ ਨਹੀਂਗਾ 2 ਘੰਟਿਆਂ ਬਾਅਦ ਵੀ ਨਹੀਂ ਆਉਂਦਾ ਆਉਂਦਾ ਵੀ ਨਹੀਂਗਾ ਆਉਂਦਾ ਵੀ ਨਹੀਂਗਾ ਗੱਲ ਸਿਆਣੀ ਹੈ ਤੇਰੀ ਚਲੋ ਹੁਣ ਫਿਰ ਤੁਹਾਡੇ ਆਸਤੇ ਵੀ ਕੋਈ ਚੱਕਰ ਨਹੀਂ ਵੀ ਕਰ ਲੈਣ ਕੋਈ ਦਿੱਕਤ ਨਹੀਂ ਵੀ ਆਪਾਂ ਕੁਛ ਨਹੀਂ ਜੇ ਕਰਨਾ ਵੀ ਇਹ ਤਾਂ ਫ੍ਰੀ ਕਰਨ ਸਾਡੇ ਤੋਂ ਪੈਸੇ ਨਾ ਲੈਣ ਸਾਡੇ ਅੱਛਾ ਪੈਸੇ ਵੀ ਮੰਗਦੇ ਆ ਕੀ ਪਤਾ ਹੋ ਸਕਦਾ ਪੈਸੇ ਵੀ ਮੰਗ ਲੈ ਨਹੀਂ ਨਹੀਂ ਪੈਸੇ ਕਿਉਂ ਭਾਂਜ ਪੈਸੇ ਥੋੜੂ ਦਵਾਂਗੇ ਇਹਨਾਂ ਨੂੰ ਦੱਸ ਨੰਬਰਦਾਰ ਯਾਰ ਜਿਹੜੀ ਤਨਖਾਹ 1500 ਯਾਰ ਮੈਂ ਮੈਨੂੰ ਲੱਗਿਆ ਜਿਵੇਂ 15 16000 ਤਨਖਾਹ ਹੁੰਦੀ ਤੇਰੀ ਹਾਂ ਤੂੰ ਕੋਈ ਨਹੀਂ ਹਣ ਜਦ ਤਨਖਾਹ ਆਈ ਉਹਦੇ ਤੇਰੇ ਖਾਤੇ ਹੀ ਪਾ ਦੇਾਂਗੇ ਬਾਕੀ ਦੇ ਅੱਛਾ ਮੈਂ ਨਾਲ ਲੈ ਕੇ ਚੱਲਾਂਗਾ ਯਾਰ 1500 ਦਾ ਥੋੜੀ ਤੂੰ ਹਣ ਜਾਣਾ ਯਾਰ ਰਜਿਸਟਰੀਆਂ ਜੁਸਟਰੀਆਂ ਕਰਾਉਣ ਮੈਂ ਸੁਣਿਆ ਵੀ ਇੱਕ ਦਿਨ ਤੇਰੇ ਗੱਲ ਚ ਰੇਹ ਵਾਲੀ ਝੋਲੀ ਪਾਈ ਸੀ ਬਾਈ ਸੀ ਨਾ ਤੇ ਮੈਂ ਤੈਨੂੰ ਆਖੇ ਯਾਰ ਨਹੀਂ ਯਾਰ ਛੱਡ ਚੱਲੀਏ ਤੂੰ ਮੇਰੇ ਨਾਲ ਤੁਰ ਪਿਆ ਯਾਰ ਤੈਨੂੰ ਫਿਰ ਕੀ ਫਾਇਦਾ ਉਹ ਚੱਲ ਯਾਰ ਵੈਸੇ ਚਲੋ ਚੱਲ ਮੇਰੇ ਨਾਲ ਤਾਂ ਤੇਰੀ ਯਾਰੀ ਦੋਸਤ ਹੈਗੀ ਹੈ ਮੇਰੇ ਨਾਲ ਯਾਰੀ ਦੋਸਤੀ ਹੋ ਗਈ ਤੇਰੀ ਚੱਲ ਵੀ ਤੈਨੂੰ ਜਾਣਾ ਪਿਆ ਹੈ ਇਹਦਾ ਲੋ ਤੱਕਾ ਯਾਰ ਹੈਨਾ ਇਹਨਾਂ ਨੂੰ ਘੱਟੋ ਘੱਟ 200 ਰੁਪਿਆ 10000 ਮਹੀਨਾ ਦਾ ਨੰਬਰਦਾਰ ਨੂੰ ਦੇਣਾ ਚਾਹੀਦਾ ਮੰਨਦਾ ਨਾ ਗੱਲ ਕਿ ਨਹੀਂ ਚਲੋ ਇਹ ਚਾਹ ਮੰਗਾ ਤਾਂ ਬਹੁਤ ਆ ਕਰੰਤਾ ਤਾਂ ਨਹੀਂ ਤੁਸੀਂ ਅੱਗੇ ਰੱਖਿਆ ਨਹੀਂ ਮੰਗ ਮੰਗ ਰੱਖੀ ਬਹੁਤ ਰੱਖੀਆਂ ਆਇਆ ਟੋਲ ਪਲਾਜ਼ਾ ਫ੍ਰੀ ਹੋਣਾ ਚਾਹੀਦਾ ਹਾਂ ਟੋਲ ਪਲਾਜ਼ਾ ਯਾਰ ਨੰਬਰਦਾਰ ਨੂੰ ਤਾਂ ਹੋਣਾ ਚਾਹੀਦਾ ਵਲੇ ਤੋਂ ਮੌਕਸਰ ਆਉਣਾ ਪਹਿਲਾਂ ਟੋਲ ਦੇਣਾ ਪੈਂਦਾ ਹਾਂ ਠੀਕ ਹੈ ਤੇ ਬਸ ਮੰਨ ਲੋ ਵੀ ਜੇ ਬਸ ਤੇ ਵੀ ਜਾਣਾ ਤਾਂ ਤਾਂ ਵੀ ਸਾਡਾ ਬਸ ਕਰਾਇਆ ਫ੍ਰੀ ਹੋਵੇ ਬਸ ਫਟੂ ਘਟ ਯਾਰ ਜਿਆਦਾ ਨਹੀਂ ਤਾਂ ਨਰੀਗਾ ਵਾਲਿਆਂ ਦੀ 200 ਤੋਂ ਪਲੱਸ ਦਿਹਾੜੀ ਹੈ ਵੀ ਤੁਹਾਨੂੰ 200 ਦੇ ਤੁਹਾਨੂੰ 200 250 ਰੁਪਏ ਦਿਹਾੜੀ ਕਰਾ ਦिए ਤੁਹਾਡੀ ਖੁਸ਼ ਹਾਂ ਤੁਸੀਂ ਆ ਲੈ ਯਾਰ ਤੂੰ 200 ਹੀ ਕਰਾ ਦੇ ਹੈ ਜੇ ਤੇਰੀ 200 ਕਰਾ ਦਈਏ ਦਿਹਾੜੀ ਤੇ ਤੂੰ ਨੰਬਰਦਾਰ ਸਾਰੇ ਖੁਸ਼ ਖੁਸ਼ ਪੱਕਾ ਬਾਗੋ ਬਾਗੇ ਸਾਡਾ ਆ ਫਰੀ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਵੀ ਜੇ ਮੈਂ ਮੌਕਸਰ ਦਾ ਨੰਬਰਦਾਰ ਹਾਂ ਤਾਂ ਮੇਰੀ ਮੇਰੀ ਵੀ ਸੁਣ ਲੈਣਾ ਹਾਂ ਹਾਂ ਮੰਨ ਲਾ ਵੀ ਅਸੀਂ ਕੋਈ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਹਾਂ ਹਾਂ ਜਿਹੜੀ ਹੁੰਦੀ ਆ ਪਾਰਕਿੰਗ ਪਰਚੀ ਹਾਂ ਸਾਡੀ ਫ੍ਰੀ ਹੋਣੀ ਚਾਹੀਦੀ ਐ ਅਸੀਂ ਪੰਜਾਬ ਵਿੱਚ ਜਿੱਥੇ ਵੀ ਜਾਈਏ ਜਿੱਥੇ ਵੀ ਜਾਈਏ ਜਿੱਥੇ ਵੀ ਜਾਈਏ ਹਾਂ ਮੋਕਸਰ ਦਾ ਨੰਬਰਦਾਰ ਫਰੀਦਕੋਟ ਜਾਵੜਿਆ ਨਾ ਨਾ ਜੀ ਤੂੰ ਤਾਂ ਮੋਕਸਰ ਦਾ ਮੋਕਸਰ ਹੀ ਫ੍ਰੀ ਹੋਣਾ ਚਾਹੀਦਾ ਚੀਜ਼ ਨਹੀਂ ਹੋਣੀ ਚਾਹੀਦੀ ਹਾਂ ਬਿਲਕੁਲ ਬਿਲਕੁਲ ਮੰਨ ਲਓ ਵੀ ਜੇ ਕੋਈ ਵੀ ਤਹਿਸੀਲਦਾਰ ਕੋਈ ਵੀ ਮੰਤਰੀ ਸੈਂਤਰੀ ਜੇ ਫਲਾਨੀ ਜਗ੍ਹਾ ਤੇ ਜਾਵੜਿਆ ਤੂੰ ਇਹ ਤਾਂ ਨਹੀਂ ਕਿ ਵੀ ਐਮ ਐਲ اے ਮੋਕਸਰ ਦਾ ਹੀ ਆ ਹਾਂ ਉੱਥੋਂ ਦਾ ਵੀ ਆ ਚਲੋ ਕੋਈ ਨਹੀਂ ਤੁਹਾਡੀਆਂ ਮੰਗਾਂ ਰੱਖਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਗੱਲਬਾਤ ਕੀਤੀ ਥੈਂਕ ਯੂ ਕੋਈ ਇਤਰਾਜ ਤਾਂ ਨਹੀਂ ਵੀਡੀਓ ਪਾ ਦਈਏ ਤਾਂ ਉਹਨਾਂ ਨੇ ਕੋਈ ਚੱਕ ਚਲ ਠੀਕ ਆ ਫਿਰ ਧੰਨਵਾਦ ਬਹੁਤ ਬਹੁਤ ਧੰਨਵਾਦ ਠੀਕ ਆ ਬਈ ਡਾਕਟਰ ਜੀ